ਦਾ ਲੰਗੜਾ ਸੈਸ਼ਨ ਰੱਖਣ ਵਾਲੀ ਸਰਕਾਰ ਮੁਰਦਾਬਾਦ 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 ਇੱਕ ਦਿਨ ਦੱਸ ਕਰੋ ਸ਼ਰਮ ਕਰੋ ਸ਼ਰਮ ਕਰੋ ਵਿਧਾਇਕਾਂ ਦੀ ਤਨਖਾਹਾਂ ਵਧਾ ਕੇ ਸਰਕਾਰ ਵਿਧਾਇਕਾਂ ਦੇ ਸਾਹਮਣੇ ਚੰਗੀ ਬਣਨਾ ਚਾਹ ਰਹੀ ਹੈ, ਲੇਕਿਨ ਜਿਸ ਸਿੱਕੇ ਨਾਲ ਪੰਜਾਬ ਦੇ ਵਿੱਚ ਆਰਥਿਕ ਤੰਗੀ ਦਾ ਰੋਣਾ ਹਮੇਸ਼ਾ ਸਰਕਾਰ ਰੋਂਦੀ ਆਈ ਹੈ, ਉਸ ਦੇ ਵਿਰੋਧ ਦੇ ਵਿੱਚ ਅੱਜ ਤੁਸੀਂ ਵੇਖ ਸਕਦੇ ਹੋ ਕਿ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਅੱਜ ਵਿਧਾਨ ਸਭਾ ਦੇ ਬਾਹਰ ਧਰਨੇ ਤੇ ਬੈਠੇ ਹੈ। ਇਹਨਾਂ ਦਾ ਵਿਰੋਧ ਹੈਗਾ ਕਿ ਜਿਹੜਾ ਇੱਕ ਦਿਨ ਦਾ ਸੈਸ਼ਨ ਸਰਕਾਰ ਵੱਲੋਂ ਬੁਲਾਇਆ ਗਿਆ, ਇਹ ਲੰਗੜਾ ਸੈਸ਼ਨ ਇਹਨਾਂ ਵੱਲੋਂ ਨਾਮ ਦਿੱਤਾ ਗਿਆ। ਵਿਧਾਨ ਸਭਾ ਬਾਹਰ ਇਹ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਧਰਨਾ ਦੇ ਰਹੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਹੈ, ਤੇ ਤੁਸੀਂ ਸਾਹ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਬੈਨਰ ਫੜ ਕੇ ਸਾਫ਼ ਦੱਸਿਆ ਗਿਆ ਕਿ ਲੋਕਤੰਤਰ ਦਾ ਮਜ਼ਾਕ ਨਾ ਬਣਾਓ, ਇੱਕ ਦਿਨ ਦਾ ਸੈਸ਼ਨ ਸ਼ਰਮ ਕਰੋ ਸ਼ਰਮ ਕਰੋ, ਤੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਜਿਹੜੀ ਹੈ ਬੈਨ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ। ਗੱਲ ਕਰਦੇ ਹਾਂ ਸਿਮਰਜੀਤ ਸਿੰਘ ਬੈਂਸ ਨਾਲ। ਬੈਨ ਸਾਹਿਬ, ਵਿਰੋਧ ਕਿਉਂ ਕਰ ਰਹੇ ਹੋ, ਕਿਸ ਚੀਜ਼ ਦਾ ਤੁਸੀਂ ਇਹ ਧਰਨਾ ਦੇ ਰਹੇ ਹੋ, ਕਿਉਂ ਤੁਹਾਨੂੰ ਧਰਨਾ ਦੇਣ ਲਈ? ਸੋ ਬ੍ਰਦਰ, ਅਸੀਂ ਸੁਣਿਆ ਨਗਰ ਨਿਗਮ ਹਾਊਸ ਦੀ ਮੀਟਿੰਗ ਹੁੰਦੀ ਹੈ ਲੋਕਲ ਬਾਡੀਜ਼ ਦੇ ਅੰਦਰ, ਇੱਕ ਦਿਨ ਦੀ ਮੀਟਿੰਗ ਉਹਨਾਂ ਦੀ ਹੁੰਦੀ ਹੈ, ਤੇ ਪੰਜਾਬ ਵਿਧਾਨ ਸਭਾ ਦਾ ਸਰਦਰੁੱਤ ਸੈਸ਼ਨ ਇੱਕ ਦਿਨ ਵਾਸਤੇ, ਤੇ ਉਹ ਦਿਨ ਵੀ ਕੀ ਹੈਗਾ, ਉਹ ਦਿਨ MLA ਸਹਿਬਾਨਾਂ ਦੀਆਂ ਤਨਖਾਹਾਂ ਵਧਾਉਣ ਵਾਸਤੇ ਸਵੇਰੇ ਮੀਟਿੰਗ ਹੋਈ, ਆਲ ਪਾਰਟੀ ਸਪੈਸ਼ਲ ਪਰਪਸ ਕਮੇਟੀ ਮੀਟਿੰਗ। ਪੰਜਾਬ ਦੇ ਅੰਦਰ ਅਤਿਅੰਤ ਗੰਭੀਰ ਮੁੱਦੇ, ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਬੇਰੁਜ਼ਗਾਰ ਨੌਜਵਾਨ ਚਿੱਟੇ ਦੇ ਕਾਰਨ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ, ਗੰਨਾ ਉਤਪਾਦਕ ਕਿਸਾਨ ਸੜਕਾਂ ਦੇ ਉੱਤੇ ਧਰਨੇ ਲਾਈ ਬੈਠਾ, ਪਿਛਲੇ ਸਾਲ ਬੀਜੀ ਆਪਣੀ ਫਸਲ ਦੇ ਪੈਸੇ ਨਹੀਂ ਮਿਲੇ। ਇੱਕ ਦਿਨ ਦੇ ਸੈਸ਼ਨ ਦੇ ਵਿੱਚ ਅਸੀਂ ਕਿਹੜੀਆਂ ਅੰਦਰ ਜਾ ਕੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਅੰਦਰ ਇੰਨੇ ਗੰਭੀਰ ਮੁੱਦੇ, ਕਿਹੜੇ ਮੁੱਦੇ 'ਤੇ ਬਹਿਸ ਕਰਾਂਗੇ? ਤਨਖਾਹਾਂ ਵਧਾਉਣ ਵਾਸਤੇ ਅਸੀਂ ਆ ਵਾਕਆਊਟ ਕਰਕੇ ਆਏ ਆ, ਵੱਡੇ ਬੈਂਸ ਸਾਹਿਬ ਮੀਟਿੰਗ ਦਾ ਵਾਕਆਊਟ ਕੀਤਾ ਵੀ ਸਾਨੂੰ ਤਨਖਾਹਾਂ ਦੀ ਨਹੀਂ ਜ਼ਰੂਰਤ, ਨਹੀਂ ਵਧਾਉਣੀਆਂ ਚਾਹੀਦੀਆਂ ਤਨਖਾਹਾਂ, ਕਿਸੇ ਮੰਤਰੀ ਕਿਸੇ ਮੁੱਖ ਮੰਤਰੀ ਅਤੇ ਕਿਸੇ MLA ਦੀ ਤਨਖਾਹ ਨਹੀਂ ਵਧਾਉਣੀ ਚਾਹੀਦੀ। 6-6 ਮਹੀਨਿਆਂ ਤੋਂ ਸਾਡੇ ਬਜ਼ੁਰਗਾਂ ਨੂੰ, ਵਿਧਵਾਵਾਂ ਨੂੰ, ਅੰਗਹੀਣਾਂ ਨੂੰ ਪੈਨਸ਼ਨ ਨਹੀਂ ਮਿਲੀ, ਗੰਨਾ ਉਤਪਾਦਕਾਂ ਨੂੰ ਅੱਜ ਤੱਕ ਪੈਸੇ ਨਹੀਂ ਮਿਲੇ, ਤੇ ਤੁਸੀਂ ਆਪਣੀਆਂ ਤਨਖਾਹਾਂ ਵਧਾਉਣ ਵਾਸਤੇ ਇੱਕ ਦਿਨ ਦਾ ਕਿੱਡੀ ਵੱਡੀ ਨਿਊਜ਼, ਸਰਦਰੁੱਤ ਸੈਸ਼ਨ, ਇਹ ਲੰਗੜਾ ਸੈਸ਼ਨ ਹੈ, ਇਸ ਕਰਕੇ ਨੋ TA ਨੋ DA, ਸਾਨੂੰ ਕਿਸੇ TA DA ਦੀ ਜ਼ਰੂਰਤ ਨਹੀਂ, ਅਸੀਂ ਹਾਜ਼ਰੀ ਨਹੀਂ ਲਾਵਾਂਗੇ, ਅੰਦਰ ਨਹੀਂ ਜਾਵਾਂਗੇ, ਇੱਥੇ ਬੈਠ ਕੇ ਰੋਸ ਪ੍ਰਗਟ ਕਰਕੇ ਜਾਵਾਂਗੇ, ਡੈਮੋਕ੍ਰੇਸੀ ਦਾ ਮਰਡਰ ਕੀਤਾ ਇੱਕ ਦਿਨ ਦਾ ਸਰਦਰੁੱਤ ਸੈਸ਼ਨ ਦਾ। ਤੁਸੀਂ ਤਾਂ ਮੰਗ ਕਰ ਰਹੇ ਸੀ ਕਿ ਵਧਾਇਆ ਜਾਏ ਤਾਂ ਹੋਰ ਛੋਟਾ ਕਰਤਾ, ਮੈਂ ਉਹੀ ਕਹਿ ਰਿਹਾ ਨਾ ਵੀ ਇੱਕ ਦਿਨ ਦੇ ਅੰਦਰ ਅਸੀਂ ਤਾਂ ਵਧਾਉਣ ਦੀ ਗੱਲ ਕਰਦੇ ਸੀ, ਅਸੀਂ ਤਾਂ ਕਹਿੰਦੇ ਸੀ ਡੇਢ ਦਿਨ ਤੁਸੀਂ ਰੱਖਿਆ, ਘੱਟੋ ਘੱਟ 15 ਦਿਨ ਦਾ ਸੈਸ਼ਨ ਰੱਖੋ, ਉਹਨਾਂ ਨੇ ਹੋਰ ਘੱਟ ਕਰਕੇ ਇੱਕ ਦਿਨ ਹੋਰ ਉਡਾਤਾ, ਤੇ ਸਿਰਫ ਮੈਂ ਜੇ ਨਾਮ ਦਾ ਸੈਸ਼ਨ ਤੇ ਉਸ ਸੈਸ਼ਨ ਦੇ ਵਿੱਚ ਹੋਣਾ ਕੀ ਆ ਕਿ ਤਨਖਾਹਾਂ ਵਧਾ ਲਓ, ਇਸ ਕਰਕੇ ਅਸੀਂ ਕੋਈ TA DA ਲੈਣ ਨਹੀਂ ਆਏ, ਕੋਈ ਅਸੀਂ ਹਾਜ਼ਰੀ ਭਰਨੀ ਆਏ, ਅਸੀਂ ਬਾਹਰ ਬਹਿ ਕੇ ਇਹਨਾਂ ਦਾ ਬੇਈਮਾਨ ਹਕੂਮਤ ਆਪਣੇ ਫੇਲਰ ਨੂੰ ਛੁਪਾਉਣ ਵਾਸਤੇ ਸੈਸ਼ਨ ਛੋਟਾ ਤੇ ਲੰਗੜਾ ਕੀਤਾ, ਇਸ ਕਰਕੇ ਅਸੀਂ ਜਾਣਾ ਨਹੀਂ ਗਾ। ਤੁਸੀਂ ਸੁਣਿਆ ਸਿਮਰਜੀਤ ਸਿੰਘ ਬੈਂਸ ਤੋਂ, ਤੁਸੀਂ ਕਿ ਜਿਹੜੇ ਕਿ ਅੱਜ ਇੱਥੇ ਵਿਰੋਧ ਦੇ ਵਿੱਚ ਧਰਨੇ ਦੇ ਰਹੇ ਨੇ, ਤੇ ਸਾਫ਼ ਕਿਹਾ ਹੈ ਕਿ ਜਿਸ ਸਿੱਕੇ ਨਾਲ ਇਹ ਸਰਦਰੁੱਤ ਇਜਲਾਸ ਜਿਹੜਾ ਕਿ ਇਹ ਮੰਗ ਕਰ ਰਹੇ ਸੀ ਕਿ ਇਹਦੀ ਜਿਹੜੀ ਇਹ ਮਿਆਦ ਹੋਰ ਵਧਾਈ ਜਾਏ, ਉਸ ਤੋਂ ਬਾਅਦ ਸਰਕਾਰ ਵੱਲੋਂ ਇਸ ਦੀ ਮਿਆਦ ਨੂੰ ਵਧਾਉਣਾ ਤਾਂ ਕੀ ਸੀ, ਹੋਰ ਘਟਾ ਕੇ ਇੱਕ ਦਿਨ ਦਾ ਕਰ ਦਿੱਤਾ ਗਿਆ, ਜਿਹੜਾ ਕਿ ਅੱਜ ਪੂਰੇ ਦਿਨ ਦਾ ਸੈਸ਼ਨ ਸੀ ਉਸ ਨੂੰ ਵੀ ਅੱਧੇ ਦਿਨ ਦਾ ਕਰ ਦਿੱਤਾ ਗਿਆ, ਤਾਂ ਉਹਦੇ ਵਿਰੋਧ ਦੇ ਵਿੱਚ ਹੀ ਅੱਜ ਲੋਕ ਇਨਸਾਫ਼ ਪਾਰਟੀ ਦੇ ਜਿਹੜੇ ਵਿਧਾਇਕ ਹੈ ਆਪਣੇ ਸਮਰਥਕਾਂ ਨਾਲ ਵਿਧਾਨ ਸਭਾ ਦੇ ਬਾਅਦ ਧਰਨੇ ਤੇ ਬੈਠੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਆਦਿਤਿਆ ਗੁਪਤਾ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।